ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਗਲੋਬਲ ਟਾਈਮ ਨਿਊਜ਼ 24। ਮੈਂ ਹਾਂ ਤੁਹਾਡਾ ਹੋਸਟ ਕਮਲ ਕੁਮਾਰ। ਜਿਵੇਂ ਜਿਵੇਂ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ, ਸੋ ਵੱਖ ਵੱਖ ਪਾਰਟੀ ਦੀਆਂ ਜਿਹੜੀਆਂ ਸਰਗਰਮੀਆਂ ਵੀ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ। ਸੋ ਇਸੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਬਟਾਲਾ ਦੇ ਹਲਕਾ ਇੰਚਾਰਜ ਵਿਜੇ ਤ੍ਰਿਹਨ ਵੱਲੋਂ ਪੰਜਾਬ ਕੈਬਨਿਟ ਦੇ ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡਿਪਟੀ CM ਸੁਖਜਿੰਦਰ ਰੰਧਾਵਾ 'ਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪਿਛਲੀ ਕੈਬਨਿਟ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਵੱਲੋਂ ਇੱਕ ਸਾਂਝਾ ਪੱਤਰ ਲਿਖ ਕੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਗਈ ਸੀਗੀ। ਕੱਲ੍ਹ ਨੂੰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਪੰਜਾਬ ਸਰਕਾਰ ਵੱਲੋਂ ਬੁਲਾਇਆ ਜਾ ਰਿਹਾ। ਜੇਕਰ ਇਹ ਇੰਨੇ ਹੀ ਹਿਮਾਇਤੀ ਹਨ ਬਟਾਲੇ ਦੇ ਲੋਕਾਂ ਦੇ, ਅਤੇ ਜੇਕਰ ਇਹਨਾਂ ਦਾ ਮਨ ਸੱਚਾ ਹੈ, ਤਾਂ ਕੱਲ੍ਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦਾ ਪ੍ਰਸਤਾਵ ਰੱਖਣ ਅਤੇ ਪੰਜਾਬ ਸਰਕਾਰ ਕੋਲ ਉਸ ਪ੍ਰਸਤਾਵ ਦੇ ਉੱਪਰ ਮਨਜ਼ੂਰੀ ਦਵਾ ਕੇ ਬਟਾਲੇ ਨੂੰ ਜਲਦ ਤੋਂ ਜਲਦ ਜ਼ਿਲ੍ਹਾ ਬਣਾਇਆ ਜਾ ਸਕੇ, ਕਿਉਂਕਿ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ। ਸੋ ਉਸ ਪਵਿੱਤਰ ਦਿਹਾੜੇ ਦੇ ਉੱਪਰ ਬਟਾਲੇ ਦੇ ਲੋਕਾਂ ਨੂੰ ਜ਼ਿਲ੍ਹੇ ਦਾ ਜਿਹੜਾ ਤੋਹਫ਼ਾ ਦਿੱਤਾ ਜਾ ਸਕੇ। ਸੋ ਇਸੇ ਤਰ੍ਹਾਂ ਦੀਆਂ ਜ਼ਬਰਦਸਤ ਖਬਰਾਂ ਦੇਖਣ ਦੇ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਅਤੇ ਸਬਸਕ੍ਰਾਈਬ ਕਰੋ ਸਾਡੇ ਯੂਟਿਊਬ ਚੈਨਲ ਨੂੰ। ਧੰਨਵਾਦ। ਇਲਾਕੇ ਦੇ ਜਿਹੜੇ ਮੰਤਰੀ ਹੈ ਨੂੰ ਪ੍ਰਮੋਟ ਕਰ ਸਕਦੇ, ਕਿਵੇਂ ਦੇਖਦੇ ਹੋ ਤੇ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਇਹ ਤੇ ਗੱਲ ਪ੍ਰੇਮ ਦੀ ਆ। ਅਗਰ ਮਨ ਦੇ ਵਿੱਚ ਸ਼ਰਧਾ ਹੋਵੇ ਤੇ ਮਨ ਦੇ ਵਿੱਚ ਜਾਗਰਤੀ ਹੋਵੇ ਕਿ ਇਸ ਪਬਲਿਕ ਨੇ ਸਾਨੂੰ ਮੰਤਰੀ ਬਣਾਇਆ, ਉਪ ਮੁੱਖ ਮੰਤਰੀ ਬਣਾਇਆ ਜਾਂ ਮੁੱਖ ਮੰਤਰੀ ਬਣਾਇਆ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਕਿੱਥੋਂ ਚੱਲੇ ਤੇ ਕੈਬਨਿਟ ਮੰਤਰੀ ਵੀ ਬਣੇ, ਸਭ ਕੁਝ ਇਸ ਇਹਨਾਂ ਲੋਕਾਂ ਨੇ ਇਹਨਾਂ ਨੂੰ ਮਾਨ ਸਨਮਾਨ ਦਿੱਤਾ। ਜੇ ਸੁੱਖੀ ਰੰਧਾਵਾ ਜੀ ਦੀ ਗੱਲ ਕਰੀਏ ਤਾਂ ਉਪ ਮੁੱਖ ਮੰਤਰੀ ਇਸ ਜ਼ਿਲ੍ਹੇ ਦੇ ਵਿੱਚੋਂ ਬਣ ਕੇ ਗਏ ਨੇ, ਅਤੇ ਮੈਂ ਇਹਨਾਂ ਨੂੰ ਅਪੀਲ ਕਰਦਾ, ਅਰਦਾਸ ਕਰਦਾ ਕਿ ਤੁਸੀਂ ਖੁਦ ਉਦੋਂ ਚਿੱਠੀਆਂ ਪਾ ਕੇ ਕੈਪਟਨ ਸਾਹਿਬ ਨੂੰ ਕਹਿੰਦੇ ਸੀ, ਅੱਜ ਪਾਵਰਾਂ ਤੁਹਾਡੇ ਹੱਥ ਨੇ, ਚੰਨੀ ਜੀ ਤੁਹਾਡੇ ਤੋਂ ਦੂਰ ਨਹੀਂ ਗੇ। 8 ਤਰੀਕ ਨੂੰ ਜੇ ਤੁਹਾਡਾ ਵਾਕਈ ਸੱਚਾ ਮਨ ਹੈ, ਉਸ ਪਰਮਾਤਮਾ ਨੂੰ ਤੁਸੀਂ ਯਾਦ ਕਰਦੇ ਜੇ, ਅਤੇ ਬਟਾਲੇ ਦੇ ਵਾਸਤੇ ਤੁਸੀਂ ਜ਼ਰੂਰ ਸੋਚੋ, ਉਸ ਗੱਲ ਨੂੰ ਉੱਥੇ ਮੁੱਦਾ ਰੱਖੋ, ਮਤਾ ਪਾਸ ਕਰਕੇ ਅਤੇ ਬਟਾਲੇ ਨੂੰ ਜ਼ਿਲ੍ਹਾ ਬਣਾਓ ਤਾਂ ਕਿ ਲੋਕ ਤੁਹਾਨੂੰ ਫਿਰ ਯਾਦ ਕਰਨ।